ਇਹ ਐਕਚੁਅਲੀ ਡਿਪਰੈਸ਼ਨ ਦੇ ਵਿੱਚ ਸੀਗਾ, ਬੀਪੀ ਦਾ ਮਰੀਜ਼ ਹੈ ਇਹ, ਅਤੇ ਬੜੀ ਸਟ੍ਰੈਸ ਵਿੱਚ ਸੀਗਾ ਇਹ। ਪਿੰਡ ਦੀ ਲੜਕੀ ਜਿਹਨੂੰ ਨਾਲ ਲੈ ਕੇ ਗਿਆ ਸੀ ਇਹ ਮਨਜੀਤ ਕੌਰ, ਡਾਟਰ ਆਫ ਸਵਰਨ ਸਿੰਘ, ਇਹ ਵੀ ਉਸ ਘਰ ਦੇ ਅੰਦਰ ਸੀ ਅਤੇ ਘਰ ਨੂੰ ਇਹਨੇ ਬੰਦ ਕੀਤਾ ਹੋਇਆ ਸੀ। ਪਿੰਡ ਭੂਮਲੀ ਦੇ ਸਰਪੰਚ ਪਰਮਜੀਤ ਸਿੰਘ ਨੇ, ਸਵਾ ਕੁ 10 ਦੀ ਗੱਲ ਹੈ ਅੱਜ ਦੀ, ਉਹਨੇ ਐਸ ਐਚ ਓ ਨੂੰ ਫੋਨ ਕਰਕੇ ਦੱਸਿਆ ਵੀ ਸਾਡੇ ਪਿੰਡ ਦਾ ਥਾਣੇਦਾਰ ਭੁਪਿੰਦਰ ਸਿੰਘ ਹੈ, ਉਹਨੇ ਆਪਣੀ ਵਾਈਫ ਨੂੰ ਅਤੇ ਆਪਣੇ ਬੇਟੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਅਤੇ ਜਿਹੜਾ ਉਹਨਾਂ ਦਾ ਪਾਲਤੂ ਕੁੱਤਾ ਸੀਗਾ ਉਹਨੂੰ ਵੀ ਗੋਲੀਆਂ ਮਾਰ ਕੇ ਅਤੇ ਜਿਹੜੀ ਉੱਥੇ ਲੜਕੀ ਇਹਨਾਂ ਦੀ ਗਵਾਂਢਣ ਸੀਗੀ ਪਰਮਜੀਤ ਕੌਰ, ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਇਹਦੇ ਘਰ ਆ ਕੇ ਉਹਨੇ ਦੇਖਿਆ ਅਤੇ ਇਹਨੂੰ ਸ਼ੱਕ ਸੀ ਵੀ ਉਹਨੂੰ ਵੀ ਉਹਨੇ ਮੌਕਾ ਦੇਖਿਆ ਵੀ ਉਹਨੂੰ ਨਾਲ ਜਿੱਦਾਂ ਕਿਡਨੈਪ ਕਰਕੇ ਗੱਡੀ ਦੇ ਵਿੱਚ ਉੱਥੋਂ ਫਰਾਰ ਹੋ ਗਿਆ। ਅਸੀਂ ਮੌਕੇ 'ਤੇ ਪਹੁੰਚੇ, ਸਾਡੀਆਂ ਸਾਰੀਆਂ ਟੀਮਾਂ, SSP ਸਾਹਿਬ ਸਾਰੀਆਂ ਟੀਮਾਂ, ਜਦੋਂ ਅਸੀਂ ਮੌਕੇ 'ਤੇ ਪਹੁੰਚੇ ਉਹ ਜਦੋਂ ਦੇਖਿਆ ਸਾਰਾ ਹਾਲਾਤ, ਉਹਦੇ 'ਤੇ ਇਹਦੇ ਜਿਹੜੀ ਇਹਦੀ ਵਾਈਫ ਸੀਗੀ ਉਹਦੀ ਬਲਜੀਤ ਕੌਰ ਉਹਨਾਂ ਦਾ ਨਾਂ ਸੀ, ਉਹਨਾਂ ਦੇ ਪੇਰੈਂਟਸ ਨੂੰ ਜਦੋਂ ਬੁਲਾਇਆ ਉਹਨਾਂ ਦੇ ਦੀਦਾਰ ਸਿੰਘ ਸਨ ਆਫ ਚੰਨਣ ਸਿੰਘ ਦੇ ਸਟੇਟਮੈਂਟ 'ਤੇ ਅਸੀਂ ਕੇਸ ਰਜਿਸਟਰਡ ਕੀਤਾ, FIR ਨੰਬਰ 30 ਅੰਡਰ ਸੈਕਸ਼ਨ 302-364 IPC, ਅਤੇ ਆਰਮੀ ਐਕਟ ਦਾ ਪਰਚਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ। ਸਾਰੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਵੱਖ ਵੱਖ ਟੀਮਾਂ ਬਣਾ ਕੇ ਇਹਨੂੰ ਰਾਊਂਡ ਅਪ ਕਰਨ ਨੂੰ ਅਸੀਂ ਵੱਖ ਵੱਖ ਟੀਮਾਂ ਜਿਹੜੀਆਂ ਬਣਾ ਦਿੱਤੀਆਂ। ਸਾਡੇ ਸਾਰੇ ਸੈੱਲ, ਟੈਕਨੀਕਲ ਸੈੱਲ ਜਿਹੜੇ ਨਾਲ ਇਹਦੇ 'ਤੇ ਵਰਕ ਕਰਨ ਲੱਗ ਪਏ, ਅਤੇ ਅਖੀਰ ਇਹਨੂੰ ਅਸੀਂ ਬਟਾਲੇ ਦੇ ਕੋਲ ਜਿਹੜਾ ਨਵਾਂ ਪਿੰਡ ਆ, ਇਹਦੇ ਵਿਚੋਲਿਆਂ ਦਾ ਪਿੰਡ ਹੈ, ਇਹਦਾ ਰਿਸ਼ਤਾ ਕਰਾਇਆ ਸੀ ਉਹਨਾਂ ਨੇ, ਉਹਨਾਂ ਦੇ ਘਰ ਅਸੀਂ ਇਹਨੂੰ ਘੇਰਾਬੰਦੀ ਪਾ ਲਈ ਸਾਰੀ। ਅਤੇ ਉਸ ਟਾਈਮ ਜਿਹੜੀ ਪਿੰਡ ਦੀ ਲੜਕੀ ਜਿਹਨੂੰ ਨਾਲ ਲੈ ਕੇ ਗਿਆ ਸੀ ਇਹ ਮਨਜੀਤ ਕੌਰ, ਡਾਟਰ ਆਫ ਸਵਰਨ ਸਿੰਘ, ਇਹ ਵੀ ਉਸ ਘਰ ਦੇ ਅੰਦਰ ਸੀ ਅਤੇ ਘਰ ਨੂੰ ਇਹਨੇ ਬੰਦ ਕੀਤਾ ਹੋਇਆ ਸੀ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਅਤੇ ਕਿਚਨ ਸੀਗੀ ਉੱਥੇ, ਕਿਚਨ ਦੀ ਇੱਕ ਖਿੜਕੀ ਜਿੱਦਾਂ ਸਰਵਿਸ ਵਿੰਡੋ ਵਗੈਰਾ ਉਹ ਬਾਹਰ ਨੂੰ ਖੁੱਲ੍ਹਦੀ ਸੀ, ਉੱਥੋਂ ਅਸੀਂ ਇਹਦੇ ਨਾਲ ਜਿਹੜੀ ਗੱਲਬਾਤ ਕਰਨ ਲੱਗੇ। ਇਹ ਐਕਚੁਅਲੀ ਡਿਪਰੈਸ਼ਨ ਦੇ ਵਿੱਚ ਸੀਗਾ, BP ਦਾ ਮਰੀਜ਼ ਹੈ ਇਹ, ਅਤੇ ਬੜੀ ਸਟ੍ਰੈਸ ਵਿੱਚ ਸੀਗਾ ਇਹ। ਇਹਨੂੰ ਅਸੀਂ ਬੜੀ ਕਾਉਂਸਲਿੰਗ ਇਹਦੀ ਕੀਤੀ, ਕਾਫੀ ਇਹਨੂੰ ਦਿਲਾਸਾ ਵੀ ਦਵਾਇਆ, ਅਤੇ ਕਦੀ ਰੋਣ ਲੱਗ ਪੈਂਦਾ ਸੀ, ਕਦੀ ਕੁਛ ਕਰਦਾ ਸੀ, ਫਿਰ ਹੌਲੀ ਹੌਲੀ ਅਸੀਂ ਇਹਨੂੰ ਕਰਕੇ, ਇਹਨੇ ਜਿਹੜੀ ਆਪਣੀ ਗੰਨ ਸੀਗੀ ਇਹਦੇ ਹੱਥ 'ਚ ਹੀ ਸੀਗੀ ਉਹ, ਅਤੇ ਇਹਨੂੰ ਅਸੀਂ ਕਾਉਂਸਲਿੰਗ ਕਰਕੇ ਜਿਹੜੀ ਲੜਕੀ ਆ ਬੜੀ ਮੁਸਤੈਦੀ ਦੇ ਨਾਲ ਜਿਹੜੀ ਇਹਦੇ ਮਨਜੀਤ ਕੌਰ ਇਹ ਆਪਣੇ ਅੰਦਰ ਸੀ ਇਹਦੇ ਨਾਲ ਰੱਖੀ, ਉਹਨੂੰ ਅਸੀਂ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਦੇ ਚੁੰਗਲ 'ਚੋਂ ਛੁਡਾ ਕੇ ਅਸੀਂ ਬਾਹਰ ਲੈ ਕੇ ਗਏ। ਫਿਰ ਇਹਦੇ ਨਾਲ ਅਸੀਂ ਕਈ ਗੱਲਾਂ ਇਹਦੀਆਂ, ਅਸੀਂ ਕਿਹਾ ਵੀ ਅਸੀਂ ਇੱਦਾਂ ਕਰ ਦੂੰਗੇ, ਉਹ ਕਰ ਦੂੰਗੇ, ਇਹਨੂੰ ਵਿਸ਼ਵਾਸ 'ਚ ਲੈਣ ਦੀ ਕੋਸ਼ਿਸ਼ ਕੀਤੀ, ਸਾਡੇ ਵਿਸ਼ਵਾਸ ਵਿੱਚ ਵੀ ਆ ਗਿਆ ਸੀ। ਕਾਫੀ ਘੰਟਿਆਂ ਦੀ ਜੱਦੋਜਹਿਦ ਬਾਅਦ ਇਹਨੇ ਫਿਰ ਡਿਪਰੈਸ਼ਨ 'ਚ ਆ ਕੇ ਇਹਦੇ ਰਿਸ਼ਤੇਦਾਰਾਂ ਨਾਲ, ਇੱਕ ਬੇਟਾ ਇਹਦਾ ਬਾਹਰ ਕੈਨੇਡਾ 'ਚ ਰਹਿੰਦਾ, ਉਹਦੇ ਨਾਲ ਵੀ ਐਕਚੁਅਲੀ ਉੱਥੇ ਰਾਤ ਸੀਗੀ, ਉਹਦੇ ਨਾਲ ਵੀ ਇਹਦੀ ਗੱਲ ਗੁੱਲ ਕਰਾਈ, ਉਹਦਾ ਦੱਸਿਆ, ਇਹ ਹਰ ਇਹੀ ਕਹੀ ਜਾਂਦਾ ਸੀ ਵੀ ਮੈਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਆ, ਇਹਨੂੰ ਵੀ ਬਲਜੀਤ ਕੌਰ ਨੂੰ ਵੀ ਮਾਰ ਦੇਣੀ ਆ। ਅਤੇ ਅਸੀਂ ਬਲਜੀਤ ਕੌਰ ਨੂੰ ਤਾਂ ਕੱਢ ਲਿਆ ਬਾਹਰ ਬੜੀ ਮੁਸ਼ਕਲ ਦੇ ਨਾਲ, ਪਰ ਇਹਨੇ ਅਖੀਰ ਮੈਡੀਸਨ ਵੀ ਖਾਧੀ, ਇਹਨੂੰ ਮੈਡੀਸਨ ਵੀ ਖਿਲਵਾਈ, ਅਸੀਂ ਖਾਣਾ ਵੀ ਇਹਨੂੰ ਅੰਦਰੋਂ ਦਿੱਤਾ, ਪਰ ਇਹ ਸਾਡੇ 'ਤੇ ਵਿਸ਼ਵਾਸ ਨਹੀਂ ਸੀ ਕਰਦਾ। ਅਖੀਰ ਇਹਨੇ ਆਪਣੇ ਆਪ ਨੂੰ ਜਿਹੜੀ ਗੋਲੀਆਂ ਮਾਰ ਕੇ ਅਤੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ। ਇਹਨਾਂ ਸਾਡੀ ਜਦੋਂ ਅੰਦਰ ਸੀਗਾ, ਇਹਨਾਂ ਸਾਡੀ ਗੱਲ ਚੱਲਦੀ ਰਹੀ, ਇਹਨੇ ਜੋ ਸਾਨੂੰ ਦੱਸਿਆ, ਇਹ ਪਰਿਵਾਰ ਪਿੰਡ ਦੇ ਵਿੱਚ ਕੋਈ ਬਹੁਤਾ ਉੱਥੇ ਰਹਿ ਕੇ ਖੁਸ਼ ਨਹੀਂ ਸੀਗਾ। ਇਹ ਆਪਣੀ ਵਾਈਫ ਨੂੰ ਕਹਿੰਦਾ ਸੀ ਇੱਥੋਂ ਸ਼ਿਫਟ ਹੋ ਕੇ ਆਪਾਂ ਬਟਾਲੇ ਰਹਿਣਾ, ਬਟਾਲੇ ਆਪਾਂ ਰਹਿਣਾ, ਅਤੇ ਅੱਜ ਵੀ ਇਹਨੇ ਆਪਣੇ ਬੇਟੇ ਨੂੰ ਵੀ, ਬੇਟਾ ਯੰਗ ਸੀਗਾ, 18 ਸਾਲਾਂ ਦਾ ਬੱਚਾ, +2 ਦੇ ਵਿੱਚ ਪੜ੍ਹਦਾ ਸੀ ਇਹ, ਅਤੇ ਬੇਟੇ ਨੂੰ ਵੀ ਅੱਜ ਇਹ ਕਹਿੰਦਾ ਵੀ ਚਲੋ ਮੇਰੇ ਨਾਲ। ਬਸ ਇਸੇ ਬਹਿਸ ਵਸਾਈ ਦੇ ਵਿੱਚ ਇਹ ਉਹਨੂੰ ਇਹ ਪਹਿਲਾਂ ਬੇਟੇ ਨੂੰ ਮਾਰੀ ਗੋਲੀ, ਫਿਰ ਉਹ ਵਾਈਫ ਨੇ ਵੀ ਉਹਨੂੰ ਬਚਾਉਣ ਦੀ ਖਾਤਰ ਫਿਰ ਉਹਨੂੰ ਵੀ ਮਾਰ ਦਿੱਤਾ। ਉਹੀ ਲੇਡੀਜ਼ ਹੈ ਜਿਹਨੂੰ ਗੱਡੀ 'ਚ ਲੈ ਗਿਆ ਹੈ। ਐਕਚੁਅਲੀ ਇਹਨੂੰ ਇਹ ਸ਼ੱਕ ਸੀਗਾ ਵੀ ਇਹ ਚਸ਼ਮਦੀਦ ਗਵਾਹ ਸਾਡੀ ਬਣ ਗਈ ਆ, ਮੌਕੇ ਦੀ ਗਵਾਹ ਆ, ਇਸ ਕਰਕੇ ਉਹਨੂੰ ਵੀ ਨਾਲ ਹੀ ਲੈ ਕੇ ਆਏ।